ਤਰਸੇਮ ਸਿੰਘ ਪੰਗੂ ਦੀ ਕਹਾਣੀ ਸੁੱਚੇ ਪਿਆਰ ਦੀ ਛੋ ਵਿਨਮਿਆ ਤੂੰ ਧੜਿਆ ਬਿਲਕੁਲ ਹੀ ਬੁਢਾ ਜਿਹਾ ਹੋ ਗਿਆ ਤੈਨੂੰ ਤਾਂ ਕਿਸੇ ਆਏ ਗਈ ਦੀ ਵੀ ਸੁਰਤ ਨਹੀਂ ਕਿਵੇਂ ਆ ਸਰੀਰ ਹੁਣ ਮੈਂ ਕਦੋਂ ਦਿਖਲੂਤੀ ਹਾਂ ਉਪਰੋਕਤ ਅਲਫਾਜ਼ ਜਦੋਂ ਨਿੰਮੋ ਦੀ ਹੀ ਹਮਮਰ ਜੇਠੂ ਕਿਆਂ ਦੀ ਭੂਆ ਚਰਨੋਂ ਨੇ ਪੇਖੀ ਆਈ ਉਹਨਾਂ ਦੀ ਡਿਊਟੀ 'ਚ ਢਾਕ ਤੇ ਹੱਥ ਰੱਖੀ ਖਲੋਤੀ ਨੇ ਕਹੇ ਤਾਂ ਜਿਵੇਂ ਵੇ ਸੁਣ ਕੇ ਨਿੰਮਾ ਬੁੜਾ 5055 ਬਾਰੇ ਪਿੱਛੇ ਮੁੜ ਗਿਆ ਹੋਵੇ ਤੇ ਆਪਣੇ ਆਪ ਨੂੰ ਲੁਕਣ ਮਿੱਟੀ ਖੇਡਦੇ ਹਨ ਕਿ ਜੀ ਚਰਨੋਂ ਨੂੰ ਲਾਗੇ ਖਲੋਤਾ ਮਹਿਸੂਸ ਕੀਤਾ ਹੋਵੇ ਜੋ ਕਹਿ ਰਿਹਾ ਹੋਵੇ ਵੇ ਨਿੰਮਿਆ ਜੇ ਤੂੰ ਦੌੜਦੇ ਆ ਮੇਰੇ ਤੋਂ ਪਿੱਛੇ ਨਾ ਰਹਿੰਦੋਂ ਤਾਂ ਮਿੱਟੀ ਸਾਡੇ ਸਿਰ 'ਤੇ ਨਹੀਂ ਸੀ ਆਉਣੀ ਆਉਨੀਆ ਕੈ ਚਰਨੋਂ ਤਾਂ ਅੱਗੇ ਨਵੇਂ ਡਿਜ਼ਾਈਨ 'ਚ ਬਣੀ ਕੋਠੀ ਅੰਦਰ ਚਲੀ ਗਈ ਪਰ ਦਿਉੜੀ 'ਚ ਸਦੀਵੀ ਰੋਗ ਗ੍ਰਸਤ ਸਮਝੇ ਜਾਂਦੇ ਨਿੰਮੇ ਬੁੜੇ ਦੀਆਂ ਬਚਪਨ ਤੋਂ ਲੈ ਕੇ ਜਵਾਨੀ ਤੇ ਹੋਣ ਵਾਲੀ ਹਾਲਤ ਚ ਪਹੁੰਚਣ ਤੱਕ ਦੀ ਹਿਆਤੀ ਦੇ ਹੌਲੀ-ਹੌਲੀ ਸੁੱਕ ਰਹੇ ਛੱਪੜ ਚ ਵਕਤ ਦਾ ਝੁਲਸਿਆ ਖਿੰਗਰ ਸੁੱਟ ਗਈ ਤੇ ਉਹ ਜ਼ਿੰਦਗੀ ਦੀਆਂ ਯਾਦਾਂ ਦੇ ਮਿੱਠੇ-ਲੂਣੇ ਡੂੰਘੇ ਪਾਣੀਆਂ ਚ ਬੋਤੇ ਖਾਣ ਲੱਗ ਪਿਆ। ਉਹਦਾ ਨਾਮ ਭਾਵੇਂ ਇੱਕ ਜਵਾਕ ਵਾਲਾ ਹੀ ਆ ਪਰ ਸਾਰੇ ਉਹਨੂੰ ਨਿੰਮਾ ਬੁੜਾ ਹੀ ਕਹਿੰਦੇ ਐ। ਪਰ ਹਾਲੇ ਉਹਦੇ ਬੁੜੇ ਬੁਢਾਪੇ ਦਾ ਬਚਪਨ ਸ਼ੁਰੂ ਹੋਇਆ। ਉਹਨੂੰ ਲੱਗਾ ਜਿਵੇਂ ਵਕਤ ਵੇਖਦੇ ਆਂ ਵੇਖਦੇਂ ਹੱਥਾਂ ਚੋਂ ਰੇਤ ਵਾਂਗ ਘਿਰ ਗਿਆ ਹੋਵੇ। ਅੱਧੀ ਸਦੀ ਸੁੰਗੜ ਕੇ ਕੁਝ ਦਿਨ ਹੀ ਬਣ ਗਈ ਹੋਵੇ ਹੁਣ ਉਹਦੀ ਦੁਨੀਆ ਦਾ ਘੇਰਾ ਜ਼ਿਆਦਾ ਡਿਊਟੀ ਤੱਕ ਹੀ ਸੀਮਤ ਹੈ ਚਰਨੋਂ ਮੁਤਾਬਕ ਜਿਵੇਂ ਜ਼ਿੰਦਗੀ ਦੇ ਸਾਰੇ ਰਸ ਖਤਮ ਹੋ ਗਏ ਹੋਣ ਕੈਦ ਕੱਟ ਕੇ ਆਉਣ ਤੋਂ ਬਾਅਦ ਵੀ ਜਿਵੇਂ ਡਿਊਟੀ ਵਿੱਚਲੀ ਬੈਠਕ ਤੇ ਜੇਲ੍ਹ ਦੀ ਕੋਠੜੀ 'ਚ ਕੋਈ ਫਰਕ ਨਾ ਹੋਵੇ ਤੇ ਹਾਰ ਚੁੱਕੇ ਦੌੜ ਦੇ ਖਿਡਾਰੀ ਵਾਂਗ ਸੁਸਤ ਚੱਲੇ ਜੀਵਨ ਦੀ ਦੌੜ ਦਾ ਚੱਕਰ ਹੀ ਪੂਰਾ ਕਰ ਰਿਹਾ ਹੋਵੇ ਉਹਨੇ ਆਪਣੇ ਕੁਝ ਕਮਜ਼ੋਰ ਲੱਗ ਰਹੇ ਹੱਥਾਂ ਵੱਲ ਵੇਖਿਆ ਸਾਫ ਸੁਥਰੀ ਹੱਥਾਂ ਤੇ ਨੀਲੀ ਭਾ ਮਾਰਦੀਆਂ ਨਾੜਾਂ ਸਰੀਰ ਚ ਲਹੂ ਹੋਣ ਦੀ ਗਵਾਹੀ ਪਰ ਰਹੀਆਂ ਸਨ ਸੱਜੇ ਖੱਬੇ ਸਿਰ ਕੁਮਾ ਕੇ ਡਿਉੜੀ ਚ ਛਾਤੀ ਮਾਰੀ ਉੱਚੀ ਟੰਗੀ ਬਾਬੇ ਦੀ ਤਸਵੀਰ ਤੇ ਹੋਰ ਪਏ ਨਿਕ ਸੁੱਕ ਦੀ ਪਛਾਣ ਕਰਕੇ ਆਪਣੀ ਚੇਤਨਾ ਸਹੀ ਹੋਣ ਦੀ ਤਸਦੀਕ ਕੀਤੀ ਉਹਨੂੰ ਹੈਰਾਨੀ ਤੇ ਥੋੜਾ ਪਛਤਾਵਾ ਵੀ ਹੋਇਆ ਕਿ ਉਹ ਹਮੇਸ਼ਾ ਵਾਂਗ ਚਰਨੋਂ ਨੂੰ ਤਕੜੀਆਂ ਚਰਨੋਂ ਕਹਿਣਾ ਕਿਵੇਂ ਭੁੱਲ ਗਿਆ ਨਾਲੇ ਚਰਨੋਂ ਕਿਹੜੀ ਨਵੀਂ ਆਈ ਸੀ ਉਹ ਤਾਂ ਆਉਂਦੀ ਹੀ ਸੀ ਉਹਨੇ ਮੰਗਿਆ ਵਾਦਾ ਹਮੇਸ਼ਾ ਯਾਦ ਰੱਖਿਆ ਚਰਨੋਂ ਕਰਕੇ ਹੀ ਤਾਂ ਉਹਦੇ ਸਾਹਾਂ ਦੀ ਡੋਰ ਮਜ਼ਬੂਤ ਹੈ ਵਰਨਾ ਇਹ ਬੇਕਾਰ ਮਿੱਟੀ ਕਦੋਂ ਦੀ ਸੁਆਹ ਬਣ ਕੇ ਕਿਸੇ ਵਗਦੇ ਪਾਣੀ 'ਚ ਮਿਲ ਕੇ ਵਹਿ ਗਈ ਹੁੰਦੀ ਉਹਨੇ ਸੋਚਿਆ ਸੱਚੀ ਮੁਹੱਬਤ ਜਿਉਣ ਦਾ ਕਿੰਨਾ ਬਲ ਦਿੰਦੀ ਹੈ ਸ਼ਾਇਦ ਚਰਨੋਂ ਵੀ ਤਾਂ ਹੀ ਖੁਸ਼ ਹੈ ਵੈਸੇ ਉਸ ਕੋਲੋਂ ਵੀ ਜ਼ਿੰਦਗੀ ਨੇ ਬੜਾ ਕੁਝ ਖੋਹ ਲਿਆ ਪਰ ਚਰਨੋਂ ਉਸ ਨਾਲੋਂ ਕੁਝ ਠੀਕ ਦਿਸਦੀ ਹੈ ਪਰੇਤ ਚਰਨੋ ਹੀ ਜਾਣੇ ਉਹਦਾ ਰੋਗ ਵੀ ਕੋਈ ਖਾਸ ਨਹੀਂ ਪਰ ਚੋਰਾ ਮਨੁੱਖ ਲਈ ਸਭ ਤੋਂ ਮਾੜਾ ਰੋਗ ਹੁੰਦਾ ਹੈ ਜੋ ਅੰਦਰੋਂ ਅੰਦਰ ਹੀ ਖੋਰ ਦਿੰਦਾ ਹੈ ਨਿੰਮਾ ਆਪਣੇ ਬਾਪ ਦੀ ਦੋ ਭੈਣਾਂ ਤੇ ਦੋ ਭਰਾਵਾਂ ਤੋਂ ਇਲਾਵਾ ਸਭ ਤੋਂ ਛੋਟਾ ਪੰਜਵੀਂ ਔਲਾਦ ਹੈ ਪਾਕਿਸਤਾਨੋਂ ਉੱਜੜ ਕੇ ਬਾਰਡਰ ਨੇੜੇ ਬਹਿਲੋਲਪੁਰ ਵਸੇ ਪਿਤਾ ਦੀ ਕਿਸਾਨੀ ਰਾਵੀ ਦਰਿਆ ਦੇ ਰਹਿਮੋ ਕਰਮ ਤੇ ਨਿਰਭਰ ਕਰਦੀ ਸੀ ਨਿੰਮੇ ਦਾ ਬਾਪ ਇੱਕ ਗੱਲੋਂ ਸਿਆਣਾ ਨਿਕਲਿਆ ਸੀ ਕਟ ਕੀਮਤ ਵਾਲੀ ਜ਼ਮੀਨ ਅਲਾਟ ਕਰਵਾ ਕੇ ਮੋਟਾ ਮਾਲਕ ਬਣ ਗਿਆ ਸੀ ਉਹਦਾ ਤਰਕ ਸੀ ਜ਼ਮੀਨ ਮਾੜੀ ਨਹੀਂ ਉਹਦਾ ਖਸਮ ਮਾੜਾ ਹੁੰਦਾ ਕੁਝ ਰਕਬਾ ਉਹਨੇ ਰਾਵੀ ਦਰਿਆ ਦੇ ਕੰਢੇ-ਕੰਢੇ ਆਪਣੀ ਪੈਲੀ ਦੇ ਨਾਲ ਲੱਗਦਾ ਬੇਚਿਰਾਗ ਪਿੰਡਾਂ ਦਾ ਘੇਰ ਲਿਆ ਸੀ ਜਿਹਦੇ ਬਦਲੇ ਉਹ ਸ਼ਹਿਰੋਂ ਆਉਂਦੇ ਹਲਕਾ ਪਟਵਾਰੀ ਦਾ ਮੂੰਹ ਸਲੂਣਾ ਕਰਵਾ ਸਾਗ ਸਬਜ਼ੀ ਦਾ ਝੋਲਾ ਸਾਈਕਲ ਦੇ ਹੈਂਡਲ ਨਾਲ ਟੰਗ ਛੜਦਾ ਗੰਨੇ ਛੱਲੀਆਂ ਆਪ ਸ਼ਹਿਰ ਜਾ ਕੇ ਦੇ ਆਉਂਦਾ 2.5-3 ਸਾਲ ਦੇ ਨਿਮਨ ਨੂੰ ਨਿੰਮੇ ਨੂੰ ਛੱਡ ਸਾਥਨ ਚੱਲ ਵਸੀ ਸੀ। ਉਹਨਾਂ ਵੇਲਿਆਂ 'ਚ ਕੁੜੀਆਂ ਨੂੰ ਵਿਰਲਾ ਟਾਵਾਂ ਹੀ ਪੜਾਉਂਦਾ ਸੀ। ਕੱਤਣਾ, ਬੁਣਨਾ, ਧਾਰਾਂ ਕੱਢਣੀਆਂ ਤੇ ਚੁੱਲ੍ਹੇ ਚੌਕੇ ਦਾ ਕੰਮ ਹੀ ਕੁੜੀਆਂ ਦੀ ਸਭ ਤੋਂ ਵੱਡੀ ਪੜਾਈ ਹੁੰਦੀ। ਭਾਵੇਂ ਰੋਟੀ ਟੁੱਕ ਦਾ ਔਖਾ ਹੋ ਗਿਆ ਸੀ ਪਰ ਮਾਂ ਬਗੈਰ ਧੀਾਂ ਦੀ ਰਾਖੀ ਤੋਂ ਡਰਦੇ ਆਂ। ਵੱਡੀਆਂ ਕੁੜੀਆਂ ਦੇ ਫੇਰੇ ਦੇ ਕੇ ਉਹਨੇ ਆਪਣੇ ਆਪ ਨੂੰ ਸੁਰੱਖਿਰੂ ਕਰ ਲਿਆ ਸੀ। ਵੱਡਾ ਮੁੰਡਾ 8ਵੀਂ ਛੱਡ ਕੇ ਆਇਆ ਸੀ। ਪਿਓ ਨਾਲ ਜ਼ਮੀਨ ਸੰਭਾਲਣ ਕਰਕੇ ਦੁਬਾਰਾ ਸਕੂਲੇ ਦਾਖਲ ਨਹੀਂ ਹੋਇਆ। ਵੱਡੇ ਤੋਂ ਛੋਟਾ ਇੱਧਰ ਆ 6ਵੀਂ ਵਿੱਚ ਸੀ ਨਿੰਮਾ ਮਾਂ ਦੀ ਢਾਕ ਛੱਡ ਪਿਉ ਦੀ ਉਂਗਲ ਲੱਗ ਗਿਆ ਤੇ ਜ਼ਿੰਦਗੀ ਸੁਸਤ ਚਾਲੇ ਰਵਾਨਗੀ ਫੜਨ ਲੱਗੀ ਵੈਸੇ ਵੀ ਜ਼ਮੀਨ 'ਚ ਕਾਹੀ ਬੇਲਾ ਜ਼ਿਆਦਾ ਹੀ ਸੀ ਤੇ ਕੁਝ ਆਏ ਸਾਲ ਖੜਾਂ ਦੀ ਮਾਰ ਵੱਜਣ ਕਰਕੇ ਬਹੁਤੀ ਜ਼ਮੀਨ ਡੰਗਰ ਵੱੱਛਾ ਚੁਗਣ ਤੋਂ ਬਗੈਰ ਕੁਝ ਨਾ ਸਵਾਰ ਸਕੇ ਵਕਤ ਨੇ ਮਾੜਾ ਜਿਹਾ ਪਲ ਸੇਟਾ ਮਾਰਿਆ ਵੱਡਾ ਭਰਾ ਪਿਉ ਨਾਲੋਂ ਖੇਤੀ ਦਾ ਖਿਹੜਾ ਛੱਡ ਅਮਰ ਸਰਚਾਉਣੀ ਫੌਜੀ ਭਰਤੀ 'ਚ ਜਾ ਖਲੋਤਾ ਜਲਦੀ ਉਹਦਾ ਵਿਆਹ ਹੋ ਗਿਆ ਤੇ ਵਿੱਚਕਾਰ ਲਾ 10ਵੀਂ ਪਾਸ ਕਰਕੇ ਸ਼ਹਿਰ ਕਾਲਜ ਜਾਣ ਲੱਗ ਪਿਆ। ਵੇਨਮਿਆ ਚਰਨੋਂ ਆਈ ਆ ਮਿਲੀ ਉਹ ਦੀ ਆਵਾਜ਼ ਨੇ ਯਾਦਾਂ ਦੇ ਛੱਪੜ ਚ ਗੋਤੇ ਖਾਂਦੇ ਨੂੰ ਜਿਵੇਂ ਕਿਸੇ ਨੇ ਵਾਲਾਂ ਤੋਂ ਫੜ ਬਾਹਰ ਧੂ ਲਿਆ ਹੋਵੇ। ਨਿੰਮੇ ਨੂੰ ਥੋੜਾ ਥੋੜਾ ਯਾਦ ਹੈ ਵੇੇ ਕਰਕੇ ਨਿੰਮੇ ਨੂੰ ਮਾਂ ਹੀ ਬੁਲਾਉਂਦੀ ਸੀ ਤੇ ਉਸ ਤੋਂ ਬਾਅਦ ਵੱਡੇ ਭਾਬੀ ਭਜਨੋਂ ਤੇ ਚਰਨੋਂ ਬੁਲਾਉਂਦੀਆਂ ਸਨ। ਜਿਨ੍ਹਾਂ ਚ ਮਾਂ ਨਹੀਂ ਐ ਵੇੇ ਸ਼ਬਦ ਨਿੰਮੇ ਨੂੰ 65ਵੇਂ ਸਾਲ ਚ ਵੀ ਜਵਾਨ ਕਰ ਜਾਂਦੇ। ਸਾਰੀ ਦਿਹਾੜੀ ਅੱਖਾਂ ਮਿੱਟੀ ਪਿਆ ਰਹਿਨੇ ਤੈਨੂੰ ਕਿਹੜਾ ਕਿਸੇ ਆਏ ਗਏ ਦੀ ਖਬਰ ਮੈਂ ਸੋਚਿਆ ਦੱਸਾਂ ਵਾਂ ਕਹਿੰਦੀ ਭਜਨੋਂ ਨੇ ਚਾਹ ਦਾ ਗਲਾਸ ਤੇ ਮੋਤੀ ਚੂੜ ਦੇ ਲੱਡੂ ਰੱਖੀ ਕੋਲੀ ਅੱਗੇ ਵਧਾ ਦਿੱਤੀ ਭਜਨੋਂ ਪੈਣਾ ਆ ਹੁਣ ਕਿਹੜਾ ਉੱਠ ਕੇ ਚੋਲੇ ਦੇ ਮੇਲੇ ਦੀ ਤਿਆਰੀ ਕਰਨੀ ਆਖ ਦਾ ਨਸ਼ੇ ਹੁਣ ਟੁੱਟੇ ਅਮਲੀ ਵਾਂਗ ਹੱਡ ਇਕੱਠੇ ਕਰਦਾ ਉੱਠ ਕੇ ਚਾਹ ਦਾ ਗਲਾਸ ਫੜ ਮੋਟੀ ਦਰੀ ਲਪੇਟੇ ਬਿਸਤਰੇ ਦੀ ਢੋਲਾ ਅੱਧ ਲੇਟਿਆ ਜਿਆ ਹੋ ਗਿਆ ਸੱਜਣਾ ਦੇ ਮੇਲ ਕਿਸੇ ਮੇਲੇ ਤੋਂ ਘੱਟ ਨਹੀਂ ਹੁੰਦੇ ਬੁੱਢੇ ਦਿਓਰ ਨੂੰ ਮੁਖੌਲ ਕਰ ਭਜਨੋ ਆਪ ਜਿਵੇਂ ਪੰਝੀਆਂ ਦੀ ਰਕਾਨ ਬਣ ਗਈ ਹੋਵੇ ਆਹੋ ਆਂਦੀ ਸੀ ਆਉਣੀ ਆ ਕਹਿ ਚਾਹ ਸੋੜਾ ਕਰਨ ਲੱਗ ਪਿਆ ਚਰਨੋਂ ਦਾਉਣਾ ਜਿਵੇਂ ਨਿੰਮੇ ਲਈ ਤਾਕਤ ਦਾ ਟੀਕਾ ਹੋਵੇ ਨਿੰਮਾ ਬੁੱਢਾ ਹੁਣ ਭਜਨੋ ਦਾ ਨਾਮ ਲੈ ਕੇ ਹੀ ਬੁਲਾਉਂਦਾ ਪੰਜਵੀਂ ਪਾਸ ਤਿੱਖੀ ਭਜਨੋ ਫੌਜ ਨੇ ਕਿਸੇ ਵੇਲੇ ਅਥਰੇ ਨਿਕਲ ਰਏ ਦਿਓਰ ਨੂੰ ਆਪਣੀ ਸੁਨੱਖੀ ਭੈਣ ਦੇ ਰਿਸ਼ਤੇ ਦਾ ਪੰਖੜ ਪਾ ਦਿਲਤੇ ਮਾਰਨ ਤੋਂ ਰੋਕਣ ਦੀ ਸੋਚੀ ਸੀ ਜੋ ਰਿਸ਼ਤੇ ਦੀ ਗੱਲ ਤੁਰਨ ਮਗਰੋਂ ਭੈਣ ਕੋਲ ਨਹੀਂ ਆਈ ਸੀ ਪਰ ਇਹ ਰਿਸ਼ਤਾ ਜਨਮ ਲੈਣ ਤੋਂ ਕੁਝ ਅਰਸੇ ਬਾਅਦ ਹੀ ਨਿੰਮੇ ਦੀ ਯਾਦ ਬਣ ਦਮ ਤੋੜ ਗਿਆ ਆਪਣੀ ਭੈਣ ਲਿਆ ਕੇ ਨਿੰਮੋ ਨੂੰ ਨਿੰਮੇ ਨੂੰ ਆਪਣੇ ਪੱਖ 'ਚ ਕਰਨ ਦੀ ਕੋਸ਼ਿਸ਼ ਦਾ ਵੱਡਾ ਕਾਰਨ ਬੀਏ ਤੋਂ ਬਾਅਦ ਦੂਜੇ ਦਿੌਰ ਵੱਲੋਂ ਆਪਣੇ ਨਾਲ ਦਫ਼ਤਰ 'ਚ ਲੱਗੀ ਪੜ੍ਹੀ ਲਿਖੀ ਸ਼ਹਿਰਨ ਦਰਾਣੀ ਸੀ ਜਿਹਦੀ ਭਜਨੋਂ ਨਾਲ ਦਾਲ ਨਹੀਂ ਗਲੀ ਸੀ ਤੇ ਉਹ ਦੋਵੇਂ ਜੀ ਜਲਦੀ ਸ਼ਹਿਰ ਰਹਿਣ ਲੱਗ ਪਏ ਸਨ ਭਾਬੀ ਭਜਨੋਂ ਨਿਮਮੇ ਤੇ ਚਰਨੋਂ ਦੇ ਪਿਆਰ ਦੀ ਇੱਕ ਤਰ੍ਹਾਂ ਬਚੋਲਣ ਵੀ ਸੀ। ਉਹਨੂੰ ਪਤਾ ਸੀ ਚਰਨੋਂ ਵਾਂਗ ਉਹਨੇ ਵੀ ਚੜਦੀ ਉਮਰੇ ਪਿੰਡ ਦੇ ਗੱਭਰੂ ਨਾਲ ਕਈ ਮੱਸਿਆ ਵੇਖੀਆਂ ਤੇ ਨਵੇਕਲੇ ਬੈਠ ਜਲੇਬ ਤੇ ਪਕੌੜੇ ਖਾਦੇ ਸੀ। ਅਲੱਡ ਪਿਆਰ ਨੂੰ ਆਇਆ ਬਨਾ ਕਹਿ ਕੇ ਜ਼ਿੰਦਗੀ ਦੀ ਖੂਬਸੂਰਤ ਹੁਸਨ ਯਾਦ ਦਾ ਨਾਂ ਦਿੰਦੀ ਸੀ ਜੋ ਹਰ ਗੱਭਰੂ ਤੇ ਮੁਟਿਆਰ ਦੇ ਜੀਵਨ 'ਚ ਹੁੰਦੀ ਹੈ। ਪਰ ਵਿਆਹੋਂ ਪਹਿਲਾਂ ਖੇਖਵਾਰੀ ਨੂੰ ਉਹ ਮਾਪਿਆਂ ਦੀ ਪੱਗ ਨੂੰ ਦਾਗ ਸਮਝਦੀ ਸੀ। ਇਸ ਕਰਕੇ ਭਜਨੋਂ ਚਰਨੋਂ ਤੇ ਨਿੰਮੇ ਨੂੰ ਅਲੜ ਬੱਚੇ ਸਮਝ ਪਰਛਾਵੇਂ ਵਾਂਗ ਨੇੜੇ ਰਹੀ ਸੀ ਨਿੰਮਾ ਚਾਹ ਪੀ ਕੇ ਲਪੇਟੇ ਬਿਸਤਰੇ ਦੀ ਢੋਲਾਈ ਸਿਰ ਪਿੱਛੇ ਨੂੰ ਸੁੱਟ ਡਿਉੜੀ ਤੇ ਨਵੇਂ ਪਏ ਲੈਂਟਰ ਨੂੰ ਘੂਰਦਾ ਫਿਰ ਯਾਦਾਂ ਦਾ ਛੱਪੜ ਹੰਗਾਲਣ ਲੱਗ ਪਿਆ ਜਦੋਂ ਵੱਡੇ ਵੀਰ ਦਾ ਵਿਆਹ ਹੋਇਆ ਸੀ ਨਿੰਮਾ ਉਦੋਂ ਬਹੁਤ ਛੋਟਾ ਸੀ ਸ਼ਾਇਦ ਦੂਜੀ ਜਮਾਤ ਵਿਆਹੀ ਆਈ ਭਾਬੀ ਦੀ ਗੋਦੀ 'ਚ ਬੈਠਾ ਸੀ ਭਾਬੀ ਵੱਲੋਂ ਸ਼ਗਨ ਦੀ ਠੂਠੀ ਤੇ ਰੁਪਈਆ ਲੈ ਹਨਨ ਚਰਨੋਂ ਦੀ ਬਾਹ ਫੜ ਬਾਹਰ ਦੌੜ ਗਿਆ ਸੀ ਤੇ ਹਵੇਲੀ ਬੈਠ ਭੰਨ ਕੇ ਦੋਹਾਂ ਅੱਧੀ ਅੱਧੀ ਖਾਦੀ ਸੀ ਚਰਨੋਂ ਤੇ ਨਿੰਮਾ ਸਕੂਲੋਂ ਬਾਅਦ ਨਵੀਂ ਭਾਬੀ ਦੇ ਦੁਆਲੇ ਘੁੰਮਦੇ ਰਹਿੰਦੇ ਫੌਜੀ ਦੇ ਛੁੱਟੀ ਕੱਟ ਕੇ ਜਾਣ ਮਗਰੋਂ ਉਹਦਾ ਦਿਲ ਲਾਈ ਰੱਖਦੇ ਗੁੱਡੀਆਂ ਪਟੋਲੇ ਤੇ ਘਰ ਘਰ ਖੇਡਦੇ ਆ ਨਿੰਮਾ ਭਾਬੀ ਦੇ ਖਾਲੀ ਸ਼ਿੰਗਾਰ ਡੱਬੇ ਦਾ ਟੈਚੀ ਬਣਾ ਸਿਰ ਤੇ ਰੱਖ ਫੌਜੀ ਬਣ ਛੁੱਟੀ ਆਉਂਦਾ ਚਰਨੋਂ ਭਾਬੀ ਵਾਂਗ ਸ਼ਰਮਾ ਕੇ ਸਿਰ ਤੇ ਲੀੜਾ ਲੈਂਦੀ ਲੁਕਣ ਦਾ ਟੌਂਗ ਕਰਦੀ ਸ਼ਰਮਾਉਂਦੀ ਬਹੁਤ ਪਿਆਰੀ ਲੱਗਦੀ ਭਜਨੋ ਵੀ ਨਿਆਣਿਆਂ ਦੀਆਂ ਖੇਡਾਂ 'ਚ ਨਿਆਣੀ ਬਣ ਜਾਂਦੀ ਨਿੰਮੇ ਨੂੰ ਤਾਂ ਜਿਵੇਂ ਦੁਬਾਰਾ ਮਾਂ ਮਿਲ ਗਈ ਹੋਵੇ ਫੌਜੀ ਦੇ ਛੁੱਟੀ ਆਏ ਤੋਂ ਵੀ ਭਾਬੀ ਨਾਲ ਸੌਣ ਦੀ ਜ਼ਿੱਦ ਕਰਦਾ ਅਜਿਹੀਆਂ ਖੇਡਾਂ ਤੇ ਲੁਕਣ ਮਿੱਟੀ ਖੇਡਦੇ ਆ ਨਿੰਮੇ ਤੇ ਚਰਨੋਂ ਨੇ ਪੰਜਵੀਂ ਕਦੋਂ ਪਾਸ ਕਰ ਲਈ ਪਤਾ ਹੀ ਨਾ ਲੱਗਾ ਕਾਫੀ ਰਾਤ ਤੱਕ ਖਾਣੀਆਂ ਨਾਲ ਖੇਡਦੇ ਆ ਆਉਂਦੇ ਸਰੀਰਕ ਬਦਲਾਅ ਦਾ ਉਦੋਂ ਪਤਾ ਲੱਗਾ ਜਦੋਂ ਦੋਵੇਂ ਹਨੇਰੇ 'ਚ ਲੁਕਣ ਮਿੱਟੀ ਖੇਡਦੇ ਆ ਸਾਰੇ ਤੋ ਵਖਰੀ ਭਾਬੀ ਨੂੰ ਨਾ ਦੱਸਣ ਦਾ ਇਸ਼ਾਰਾ ਕਰ ਸਹੂਸਾਈ ਹੋਏ ਉਹਦੇ ਹਨੇਰੇ ਕਮਰੇ ਚ ਜਾ ਲੁਕੇ ਸਨ ਸਹੂਸਾਈ ਹੋਏ ਇੱਕ ਦੂਜੇ ਦੇ ਨੇੜੇ ਜਿਵੇਂ ਹੀ ਹੌਲੀ ਸਾਹ ਲੈਣ ਦੀ ਕੋਸ਼ਿਸ਼ ਕਰਦੇ ਤੱਤੇ ਸਾ ਇੱਕ ਦੂਜੇ ਦੀ ਧੌਣ ਤੇ ਮਹਿਸੂਸ ਹੁੰਦੇ ਵੇ ਤੇਰਾ ਸਾ ਬੜਾ ਤੱਤਾ ਆ ਚਰਨੂ ਕੰਨ ਚ ਫਸਫਸਾਈ ਤੇਰਾ ਵੀ ਨਿਮਾ ਸਿਰਫ ਇੰਨਾ ਹੀ ਬੋਲ ਸਕਿਆ ਜਿਵੇਂ ਕਿਸੇ ਦੇ ਆ ਜਾਣ ਦਾ ਡਰ ਹੋਵੇ ਵੇ ਤੈਨੂੰ ਤਾਂ ਪਸੀਨਾ ਵੀ ਬੜਾ ਆਇਆ ਵਾ ਜਿਵੇਂ ਚਰਨੋਂ ਨੇ ਪਸੀਨੇ ਦੀ ਮਹਿਕ ਮਹਿਸੂਸ ਕੀਤੀ ਹੋਵੇ ਤੂੰ ਵੀ ਤਾਂ ਸਾਰੀ ਭਿੱਜੀ ਹੋਈ ਹੈ ਕਹਿੰਦੇ ਆ ਨਿੰਮੇ ਨੇ ਜਦੋਂ ਚਰਨੋਂ ਦੇ ਚਿਹਰੇ ਤੇ ਹੱਥ ਫੇਰਿਆ ਤਾਂ ਚਰਨੋਂ ਦੇ ਸਰੀਰ 'ਚ ਜਿਵੇਂ ਬਿਜਲੀ ਜੀ ਚਰਨਾਟ ਫਿਰ ਗਈ ਹੋਵੇ ਉਸ ਦਿਨ ਪਹਿਲੀ ਵਾਰ ਸ਼ਾਇਦ ਮੁੰਡੇ ਕੁੜੀ ਦੇ ਵੱਖਰੇਵੇਂ ਦਾ ਦੋਵਾਂ ਨੂੰ ਹੀ ਅਹਿਸਾਸ ਹੋਇਆ ਸੀ ਵੇ ਨਿਕਲ ਆਓ ਹੁਣ ਲੱਭਣ ਵਾਲੇ ਦੂਜੇ ਬੰਨੇ ਚਲੇ ਗਏ ਨੇ ਦੀ ਆਵਾਜ਼ ਨਾਲ ਸੁਚੇਤ ਹੋ ਬਾਹਰ ਆ ਗਏ ਸਨ ਬਸ ਕਰੋ ਹੁਣ ਜਾਂ ਨਿੰਮੇ ਚਰਨੋਂ ਨੂੰ ਗਲੀ ਲੰਘਾਇਆ ਭਾਬੀ ਨੇ ਹੁਕਮ ਚਾੜਿਆ ਸੀ ਪੰਜਵੀ ਤੋਂ ਬਾਅਦ ਚਰਨੋਂ ਸਕੂਲ ਨਹੀਂ ਗਈ ਨਿੰਮਾ ਵੀ ਅੜ ਗਿਆ ਚਰਨੋਂ ਨਹੀਂ ਜਾਂਦੀ ਮੈਂ ਵੀ ਨਹੀਂ ਜਾਣਾ ਸਰੀਰਕ ਬਦਲਾਅ ਕਰਕੇ ਦੂਰੀਆਂ ਪੈਣੀਆਂ ਕੁਦਰਤੀ ਸਨ ਪਰ ਮੇਲ ਮਿਲਾਪ ਦੀ ਖਿੱਚ ਦਵੱਲੀ ਸੀ ਚਰਨੋਂ ਦਾ ਭਜਨੋਂ ਤੋਂ ਘਰੇਲੂ ਕੰਮ ਸਿੱਖਦੀ ਦਾ ਘਰ ਆਉਣਾ ਜਾਰੀ ਰਿਹਾ ਪਰ ਮਿਲਣਾ ਭਾਬੀ ਤੋਂ ਅੱਖ ਬਚਾ ਕੇ ਹੋ ਗਿਆ ਜਦੋਂ ਵੀ ਦੋਵੇਂ ਮਿਲਦੇ ਨਿੱਕੇ ਨਿੱਕੇ ਗੱਲਾਂ ਕਰਦੇ ਵੇ ਤੂੰ ਸਕੂਲੇ ਕਿਉਂ ਨਹੀਂ ਜਾਂਦਾ ਕੁੜੀਆਂ ਤਾਂ ਭਲਾਂ ਬਹੁਤਾ ਪੜਦੀਆਂ ਨਹੀਂ ਚਰਨੋਂ ਨੇ ਸੁਭਾਵਕ ਪੁੱਛਿਆ ਸੀ ਤੂੰ ਨਹੀਂ ਗਈ ਮੈਂ ਵੀ ਨਹੀਂ ਗਿਆ ਨਿੰਮੇ ਨੇ ਲਾਪਰਵਾਹੀ ਜਿਹੀ ਨਾਲ ਕਿਹਾ ਤੇ ਜਦੋਂ ਨਿੰਮੇ ਨੇ ਚਰਨੋਂ ਨੂੰ ਹਵੇਲੀ ਖੇਡਣ ਆਉਣ ਨੂੰ ਕਿਹਾ ਤਾਂ ਚਰਨੋਂ ਸਹਿਜ ਸੁਭਾ ਬੋਲੀ ਨਾ ਪ੍ਰਵਾ ਬੀਬੀ ਆਉਂਦੀ ਸੀ ਵੱਡੀਆਂ ਹੋ ਕੇ ਕੁੜੀਆਂ ਨਹੀਂ ਖੇਡਦੀਆਂ ਮੁੰਡਿਆਂ ਨਾਲ ਸ਼ਾਇਦ ਇਹ ਦੋਵੇਂ ਪਾਸੇ ਖਿੱਚ ਸੀ ਜਾਂ ਸਰੀਰਕ ਤਬਦੀਲੀ ਦੋਵੇਂ ਇੱਕ ਦੂਜੇ ਦੇ ਨੇੜੇ ਹੋਣਾ ਚਾਹੁੰਦੇ ਬਹੁਤ ਕੁਝ ਕਹਿਣਾ ਚਾਹੁੰਦੇ ਪਰ ਕੁਝ ਕਹਿ ਵੀ ਨਾ ਸਕਦੇ ਉਹ ਆਦਮ 15 ਸਾਲ ਦੀ ਅਲਨੜ ਤੇ ਤਪ ਦੀ ਜਵਾਨੀ ਤੇ ਭਜਨੋਂ ਦੀ ਅੱਖ ਬਰਾਬਰ ਪਹਿਰੇਦਾਰੀ ਕਰਦੀ ਨੇ ਇੱਕ ਦਿਨ ਦੋਹਾਂ ਨੂੰ ਕੋਲ ਬਹਾਲ ਖਬਰਦਾਰ ਕਰ ਦਿੱਤਾ ਗੱਲਾਂ ਬਾਤਾਂ ਦਾ ਤਾਂ ਕੋਈ ਨਹੀਂ ਵੇਖਿਓ ਕਿਦਰੇ ਮਾਪਿਓ ਮੂੰਹ ਦਿਖਾਉਣ ਜੋਗੇ ਨਾ ਰਹਿਣ ਉਸ ਦਿਨ ਤੇ ਤੋਂ ਭਾਬੀ ਭਜਨੋਂ ਦੋਹਾਂ ਦੀ ਰਾਜ਼ਦਾਰ ਵਿਚੋਲਣ ਬਣ ਗਈ ਸੀ ਤੇ 4-5 ਸਾਲ ਪਿਆਰ ਮੁਹੱਬਤ ਦੀਆਂ ਬਾਤਾਂ ਪਾਉਂਦੇ ਆ ਅੱਖ ਦੇ ਫੋਰ ਵਾਂਗ ਬੀਤ ਗਏ ਸਨ ਇੱਕ ਦਿਨ ਜਦੋਂ ਭਾਬੀ ਨੇ ਖੇਤੋਂ ਆਏ ਨਿੰਮੇ ਨੂੰ ਚਰਨੋਂ ਦੇ ਵਿਆਹ ਬਾਰੇ ਦੱਸਿਆ ਤਾਂ ਜਿਵੇਂ ਭਾਬੀ ਵੱਲੋਂ ਕਹੀ ਲਫ਼ਜ਼ ਵਦਾਨ ਵਾਂਗ ਸਿਰ 'ਚ ਵੱਜੀ ਹੋਣ ਕਿਸੇ ਚੀਜ਼ ਦੇ ਗਵਾਚ ਜਾਣ ਦਾ ਅਹਿਸਾਸ ਹੋਣ ਲੱਗਾ ਦਿਲ ਕਾਉ ਮਾਉਂ ਜਾ ਕਰਨ ਲੱਗਾ ਉਦੋਂ ਕਿਹੜਾ ਲੋਕ ਕੁੜੀਆਂ ਮੰਗਣ ਲੱਗਿਆ ਹੁਣ ਵਾਂਗ ਬਹੁਤੇ ਡੰਬਰ ਕਰਦੇ ਸਨ ਜਾਂ ਕੁੜੀ ਮੁੰਡੇ ਦੀ ਮਰਜ਼ੀ ਪੁੱਛੀ ਜਾਂਦੀ ਸੀ ਜੋ ਮਾਪਿਆਂ ਪਸੰਦ ਕਰ ਲਿਆ ਸੋਈ ਮਨਜ਼ੂਰ ਹੁੰਦਾ ਸੀ ਚਰਨੋਂ ਦਾ ਹਾਲ ਵੀ ਇਹੀ ਸੀ ਸਾਹਿਬ ਜੀ ਹੋਣ ਕਰਕੇ ਘਰੋਂ ਬਾਹਰ ਨਿਕਲਣਾਂ ਘੱਟ ਹੋ ਗਏ ਸੀ। ਉਨੇ ਦਿਨੀ ਹਾਲੇ ਜੰ냐 ਰਾਤ ਰਹਿਣ ਦਾ ਰਿਵਾਜ ਪੂਰੀ ਤਰ੍ਹਾਂ ਹਟਿਆ ਨਹੀਂ ਸੀ। ਚਰਨੋਂ ਦੀ ਜਨ ਜਾਈ ਹੋਈ ਸੀ। ਸਵੇਰੇ ਲਾਵਾਂ ਫੇਰੇ ਲੈ ਕੇ ਕਿਸੇ ਅਣਜਾਣ ਨਾਲ ਚਰਨੋਂ ਨੇ ਚਲੇ ਜਾਣਾ ਸੀ। ਭਾਵੇਂ ਮੱਲੇ ਦੇ ਗੱਭਰੂ ਬਰਾਤਿਆਂ ਵਾਸਤੇ ਮੰਜੀਆਂ ਬਿਸਤਰੇ ਇਕੱਠੇ ਕਰ ਰਹੇ ਸਨ ਪਰ ਨਿੰਮਾ ਸਾਰਾ ਦਿਨ ਚਰਨੋਂ ਦੇ ਖਿਆਲਾਂ 'ਚ ਹਵੇਲੀ ਪਿਆ ਰਿਹਾ। ਭਾਬੀ ਮਾਵਾ ਤੂੰ ਕੀ ਲੁਕਿਆ ਹੁੰਦਾ ਆ? ਤਰਕਾਲਾ ਨੂੰ ਭਰੀਆਂ ਅੱਖਾਂ ਨਾਲ ਨਿੰਮੇ ਨੇ ਭਾਬੀ ਦੇ ਦੋਵੇਂ ਹੱਥ ਫੜ ਕੇ ਤਰਲੇ ਜੇ ਨਾਲ ਕਿਹਾ ਮਾਂ ਵਾਂਗੀ ਦਿਓਰ ਨੂੰ ਬੁੱਕਲ ਚ ਲੈ ਕੇ ਦਲਾਸਾ ਦੇਣੇ ਆ ਭਜਨੋਂ ਨੇ ਕਿਹਾ ਫਿਕਰ ਨਾ ਕਰ ਕਰਨੀ ਆ ਕੋਈ ਚਾਰਾ ਹਨੇਰਾ ਪਾਏ ਤੋ ਚਰਨੋਂ ਬਾਹਰ ਜਾਣ ਬਹਾਨੇ ਭਜਨੋਂ ਨਾਲ ਘਰ ਆ ਗਈ ਜਾਂ ਅੰਦਰ ਬੈਠਾ ਡੁਸਕੀ ਜਾਂਦਾ ਹੀ ਮੈਂ ਦੁੱਧ ਗਰਮ ਕਰਦੀ ਆ ਭਜਨੋਂ ਦਾ ਮਤਲਬ ਸੀ ਸਹੁਰੇ ਜਾਣ ਤੋਂ ਪਹਿਲਾਂ ਦਿਲਾਂ ਦੀਆਂ ਕਰ ਲਓ ਦੋ ਚਾਰ ਕਹਿੰਦੇ ਨੇ ਵਿਆਹ ਵਾਲੇ ਦਿਨ ਮੁੰਡਾ ਕੁੜੀ ਉੰਝ ਹੀ ਵੱਡੇ ਵੱਡੇ ਸਿਆਣੇ ਸਿਆਣੇ ਤੇ ਸੋਹਣੇ ਲੱਗਣ ਲੱਗ ਪੈਂਦੇ ਆ ਇਹਨੂੰ ਰੂਪ ਚੜਨਾ ਵੀ ਕਿਹਾ ਜਾਂਦਾ ਲਾਲ ਟੈਨ ਦੀ ਲੋਚ ਅੰਦਰ ਆਈ ਚਰਨੋਂ ਵੀ ਨਿੰਮੇ ਨੂੰ ਇੰਜ ਹੀ ਲੱਗੀ ਬਸ ਲੁੱਕ ਲੁੱਕ ਗੱਲਾਂ ਕਰਨ ਜੋ ਗਈ ਛੱਡ ਜੇਗੀ ਇੱਕ ਤਰ੍ਹਾਂ ਰੋਸੇ ਭਰਿਆ ਮੇਣਾ ਮਾਰਿਆ ਸੀ ਨਿੰਮੇ ਨੇ ਨਹੀਂ ਵਿਹੜਿਆ ਜਨਾਨੀ ਕੋਲ ਸੱਚੀ ਸੁੱਚੀ ਇੱਜ਼ਤੋਂ ਬਗੈਰ ਹੈ ਹੀ ਕੀ ਲੋੜ ਬਣੇ ਪਿਆਰ ਦੀ ਉਮਰ ਲੰਮੀ ਨਹੀਂ ਹੁੰਦੀ ਨਾਲੇਤੀ ਵੱਲੋਂ ਬਾਪ ਦੀ ਪੱਗ ਨੂੰ ਲੱਗਾ ਦਾਗ ਤਾਂ ਆਪਣੀ ਜਾਨ ਦੇ ਕਿ ਵੀ ਨਹੀਂ ਲਾ ਸਕਦੀ ਤੈਨੂੰ ਰਹਿੰਦੇ ਸਾਹਾਂ ਤੱਕ ਮਿਲਾਂਗੇ ਪਰ ਸੱਚੇ ਸੁੱਚੇ ਰੂਪ ਵਿੱਚ ਲਾਲਟੈਂ ਦੀ ਸੁਨਹਿਰੀ ਰੋਸ਼ਨੀ ਵਿੱਚ ਖੂਬਸੂਰਤ ਤੋਂ ਇਲਾਵਾ ਉਹਨੂੰ ਚਰਨੋਂ ਵਿਆਹੋਂ ਪਹਿਲਾਂ ਹੀ ਬਹੁਤ ਸਿਆਣੀ ਹੋ ਗਈ ਲੱਗੀ ਅਵਿਦਤ ਜਵਾਨੀ ਦੇ ਵੇਗ ਨੂੰ ਸੂਖਮ ਵਿਚਾਰਾਂ ਨੇ ਬੰਨ੍ਹ ਮਾਰ ਦਿੱਤਾ ਸੀ ਬਸ ਕਰੋ ਹੁਣ ਹੌਲੀ ਜੀ ਕਹਿੰਦੀ ਦੋ ਦੁੱਧ ਦੇ ਗਲਾਸ ਫੜੀ ਭਜਨ ਉਹ ਅੰਦਰ ਆ ਗਈ ਉਨੂੰ ਕਿਸੇ ਦੇ ਬੁਲਾਉਣ ਆ ਜਾਣ ਦਾ ਖਿਆਲ ਵੀ ਸੀ ਅੱਛਾ ਜਾਣੀ ਆ ਕਹਿ ਚਰਨੋਂ ਨਿੰਮੇ ਦੇ ਦੋਵੇਂ ਹੱਥ ਫੜ ਕੇ ਬੋਲੀ ਭਾਬੀ ਸਾਡੇ ਸੱਚੇ ਸੁੱਚੇ ਪਿਆਰ ਦੀ ਗਵਾਹ ਹੈ ਵਾਅਦਾ ਕਰ ਭਾਬੀ ਦੀ ਭੈਣ ਦਾ ਸਾਥ ਲੈ ਲਾਂਗਾ ਭਜਨੋਂ ਦੀ ਛੋਟੀ ਭੈਣ ਵੀਰੂ ਅਕਸਰ ਆਉਂਦੀ ਜਾਂਦੀ ਚਰਨੋਂ ਦੀ ਪੱਕੀ ਸਹੇਲੀ ਬਣ ਗਈ ਸੀ ਜੇ ਸਾਰੀ ਉਮਰ ਮਿਲਦੀ ਰਹੇਗੀ ਤਾਂ ਸਿਰਫ ਇੰਨਾ ਹੀ ਕਿਹਾ ਨਿੰਮੇ ਨੇ ਚਰਨੋਂ ਦੀਆਂ ਅੱਖਾਂ ਚੱਖਾਂ ਪਾ ਕੇ ਚਰਨੋਂ ਚੁੱਪ ਸੀ ਉਦੀਆਂ ਮੋਟੀਆਂ ਅੱਖਾਂ ਚੋਂ ਡਿੱਗੇ ਕੋਸੇ ਹੰਝੂ ਉਹਦਾ ਖਾਮੋਸ਼ ਜਵਾਬ ਸੀ ਅਲੱੜ ਜਜ਼ਬਾਤ ਬੋਲ ਕੇ ਬਿਆਨ ਕਰਨੋਂ ਅਸਮਰਥ ਹੁੰਦੇ ਹੋਈ ਵੀ ਸਭ ਕੁਝ ਕਹਿ ਜਾਂਦੇ ਹਨ ਭਾਬੀ ਵੱਲੋਂ ਲਿਆਂਦਾ ਦੁੱਧ ਪਿਆਈ ਰਹਿ ਗਿਆ ਚਰਨੋਂ ਚਲੀ ਗਈ ਸੀ ਨਿਮਾ ਸੋਚ ਰਿਹਾ ਸੀ پاک ਮੁਹੱਬਤ ਦਾ ਮਜ਼ਾ ਹੀ ਅਜੀਬ ਹੈ ਬੇਸ਼ੱਕ ਨਿਮਾ ਘਟ ਪੜਿਆ ਸੀ ਪਰ ਹੀਰ ਸੱਸੀ ਸੋਹਣੀ ਮਿਰਜ਼ਾ ਤੇ ਬੇਗੋਨਾਰ ਦੇ ਕਿਸੇ ਬੂਟੇ ਰਵਾਲਾ ਵੜੇ ਦੇ ਅਖਾੜਿਆਂ ਚੋਂ ਨੇ ਸੁਨੇ ਸਨ ਉਸੇ پاک ਮੁਹੱਬਤ ਦਾ ਅਰਥ ਨੇ ਮਿਲੇ ਖਾਸ ਉਹ ਮਹਿਸੂਸ ਕਰਦਾ ਚਰਨੋਂ ਦੇ ਵਿਆਹ ਤੋਂ ਬਾਅਦ ਨਿੰਮੇ ਦੀ ਜ਼ਿੰਦਗੀ ਦਾ ਰੁੱਖ ਹੀ ਬਦਲ ਗਿਆ ਉਹ ਜ਼ਿਆਦਾ ਖੇਤ ਹੀ ਰਹਿਣ ਲੱਗ ਪਿਆ ਹਨੇਰਾ ਪਾਏ ਤੋਂ ਘਰ ਆਉਂਦਾ ਕਦੀ ਕਦੀ ਇੰਜਣ ਵਾਲੀ ਸਰਕੜੇ ਕਾਹੀ ਦੀ ਬਣਾਈ ਛੰਨ ਵਿੱਚ ਹੀ ਪੈ ਰੰਦਾ ਲੱਖ ਧਿਆਨ ਦੂਜੇ ਪਾਸੇ ਲਾਉਣ ਦੀ ਕੋਸ਼ਿਸ਼ ਦੇ ਬਾਵਜੂਦ ਚਰਨੋਂ ਖਿਆਲਾਂ ਚੋਂ ਨਾ ਨਿਕਲਦੀ ਅਜੇ ਹਾਲਤ ਅਥਰੀ ਜਵਾਨੀ ਕਿਸੇ ਪਾਸੇ ਵੀ ਮੋੜ ਮੋੜ ਸਕਦੀ ਹੈ ਅਜੇ ਹਾਲਾਤ ਦਾ ਮੁਕਾਬਲਾ ਸਾਹਿਤਿਕ ਸੂਝ ਰੱਖਣ ਵਾਲਾ ਆਪਣਾ ਧਿਆਨ ਦੂਜੇ ਪਾਸੇ ਲਾ ਕੇ ਕਰ ਸਕਦਾ ਹੈ ਪਰ ਨਿੰਮਾ ਇਸ ਪੱਖੋਂ ਕੋਰਾ ਸੀ ਸਿਆਣੀ ਭਜਨੋ ਨੇ ਨਿੰਮੇ ਦੀ ਹਾਲਤ ਸਮਝਦਿਆਂ ਇੱਕ ਦਿਨ ਵਿਆਹ ਲਈ ਟੋਇਆ ਵੀ ਪਰ ਉਹ ਕਿਹੜਾ ਦੌੜੀ ਜਾਂਦੀ ਹੈ ਕਹੇ ਉਹ ਖੇਤਾਂ ਨੂੰ ਤੁਰ ਗਿਆ ਕਦੀ ਕਦੀ ਨਿੰਮਾ ਘਰੋਂ ਚੋਰੀ ਘੁੱਟ ਲਾਉਣ ਵੀ ਲੱਗ ਪਿਆ ਸੀ ਜਿਸਨ ਲਾਉਂਦਾ ਉਸਨ ਕਰ ਨਾ ਆਉਂਦਾ tanuad chalda